ਪੰਜਾਬ ਦੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜੀਓਜੀ ਸਕੀਮ ਬੰਦ ਕਰਕੇ 4300 ਦੇ ਕਰੀਬ ਸਾਬਕਾ ਫੌਜੀਆਂ ਦੀ ਸੇਵਾਵਾਂ 'ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਸਬੰਧੀ ਕਰਨਲ ਤਰਨਜੀਤ ਸਿੰਘ ਮੁਖੀ ਜੀਓਜੀ ਟੀਮ ਫਗਵਾੜਾ ਨੇ ਕਿਹਾ ਕਿ ਇਹ ਇੱਕ ਬਹੁਤ ਮੰਦਭਾਗੀ ਤੇ ਨਿਹਾਇਤ ਹੀ ਅਫਸੋਸ ਵਾਲੀ ਗੱਲ ਹੈ ਕਿ ਜੀਓਜੀ ਦੇ ਕੰਮਾਂ ਦੀ ਸਲਾਘਾ ਕਰਨ ਦੀ ਬਜਾਏ ਇਸੇ ਕਸੂਰ ਮੜ ਦਿੱਤਾ ਗਿਆ ਹੈ। ਜਿਓਜੀ ਲਗਾਤਾਰ ਸਰਕਾਰ ਦੀ ਭਲਾਈ ਸਕੀਮਾਂ ਵਿੱਚ ਹੁੰਦੀਆਂ ਕਮੀਆਂ ਜ਼ਾਹਿਰ ਕਰ ਰਹੇ ਸਨ ਜਿੱਥੇ ਪ੍ਰਸ਼ਾਸਤ ਸਿਸਟਮ ਨਜ਼ਰ ਆਉਂਦਾ ਸੀ ਉਸ ਉਸ ਦੇ ਖਿਲਾਫ ਅੰਦਰੂਨੀ ਰਿਪੋਰਟਾਂ ਭੇਜਦੇ ਸਨ ਕਿਹਾ ਕਿ ਸਕੀਮ ਨੂੰ ਜਾਰੀ ਰੱਖਣਾ ਜਾਂ ਨਹੀਂ ਰੱਖਣਾ ਇਹ ਸਰਕਾਰ ਦੀ ਮਰਜ਼ੀ ਹੈ ਪਰ ਇਹ ਕਹਿ ਕੇ ਸਕੀਮ ਨੂੰ ਬੰਦ ਕਰ ਦੇਣਾ ਕਿ ਜਿਓਜੀ ਠੀਕ ਤਰ੍ਹਾਂ ਨਾਲ ਕੰਮ ਕਰ ਨਹੀਂ ਰਹੇ ਸਨ ਇਸ ਕਰਕੇ ਜਿਓਜੀ ਵਿੱਚ ਬਹੁਤ ਰੋਸ ਪਾਇਆ ਜਾ ਰਿਹਾ ਹੈ ਅਸੀਂ ਇੱਥੇ ਇਕੱਠੇ ਹੋਏ ਸਾਡੀ ਜਿਹੜੀ ਫਗਵਾੜਾ ਤਹਿਸੀਲ ਦੀ ਸਾਬਕਾ ਜਿਹੜੀ ਜੀਓਜੀ ਟੀਮ ਹੈ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਤੜੇ ਜਿਹੜੀ ਕਲੋਜ਼ਿੰਗ ਫਾਰਮੈਲिटीज ਹੈ ਇਹਨੂੰ ਪੂਰਾ ਕਰਨ ਲਈ ਜਿਦੇ ਤੁਹਾਨੂੰ ਪਤਾ ਹੈ ਕਿ ਜੀਓਜੀ ਟੀ ਜਿਹੜੀ ਸਕੀਮ ਹੈ ਇਹਨੂੰ ਸਤੰਬਰ ਤੋਂ ਬੰਦ ਹੋ ਗਈ ਹੈ ਫਿਰ ਵੀ ਅਸੀਂ ਮਨਸਫ਼ ਸਜਦੇ ਆ ਕਿ ਸਾਡੇ ਇਸੇ ਇੱਕ ਦੂਜੇ ਨੂੰ ਮਿਲ ਕੇ ਸ਼ਬਦ ਦਾ ਧੰਨਵਾਦ ਕਰਾਂ ਮੇਰੀ ਡਿਊਟੀ ਬੰਦ ਸੀ ਮੈਂ ਸ਼ਬਦ ਦਾ ਧੰਨਵਾਦ ਕਰਾਂ ਤੇ ਸਭ ਦੀ ਸ਼ਲਾਘਾ ਕਰਾਂ ਕਿ ਉਹਨਾਂ ਨੇ ਪਿਛਲਾ ਕਿ ਪਿਛਲੇ ਕਿੰਨਾ 4-5 ਸਾਲ ਚ ਬੜਾ ਅਸ਼ਲਾਗਯੋਗ ਕੰਮ ਕੀਤਾ ਤੇ ਜੋ ਵੀ ਕੀ ਕਹਿੰਦੇ ਨੇ ਸਰਕਾਰ ਦੀ ਵੈਲਫੇਅਰ ਸਕੀਮ ਨੂੰ ਇੰਪਲੀਮੈਂਟੇਸ਼ਨ ਕਮੀ ਪੇਸ਼ੀਆਂ ਆਗੀਆਂ ਨੇ ਉਹਨਾਂ ਨੂੰ ਅਸੀਂ ਕਿਦਾਂ ਉਜਾਗਰ ਕੀਤਾ ਸਾਡਾ ਆਪਣਾ ਜੀਓਜੀ ਦਾ ਐਪ ਹੈਗਾ ਸੀ ਅਸੀਂ ਉਹਦੇ ਥ्रू ਰਿਪੋਰਟਾਂ ਭੇਜਦੇ ਸੀ ਠੀਕ ਹੈ ਤੇ ਇਹਨਾਂ ਨਾਲ ਮਿਲ ਕੇ ਅੱਜ ਥੋੜੀ ਜਿਹੀ ਜਿਹੜਾ ਲੱਗਾ ਕਿ ਇਹ ਕਾਫੀ ਮਯੂਸ ਤੇ ਦੁਖੀ ਲੱਗਦੇ ਸਨ ਕਿ ਵੀ ਚਲੋ ਠੀਕ ਹੈ ਸਰਕਾਰ ਨੇ ਸਾਨੂੰ ਜੇ ਸਾਡੀ ਸੇਵਾਵਾਂ ਨਹੀਂ ਸੀ ਰੱਖਣੀਆਂ ਜਾਂ ਜੀਓਜੀ ਸਕੀਮ ਨੂੰ ਨਹੀਂ ਸੀ ਰੱਖਣਾ ਉਹ ਤਾਂ ਸਰਕਾਰ ਦੀ ਆਪਣੀ ਮਰਜ਼ੀ ਸੀ ਸਰਕਾਰ ਦਾ ਹੀ ਆਪਣਾ ਪ੍ਰੈਰੋਗੇਟਿਵ ਸੀ ਪਰ ਜਿੱਦਾਂ ਕੁਝ ਰਿਪੋਰਟਾਂ ਚ ਦੇਖਿਆ ਗਿਆ ਨਜ਼ਰ ਆਇਆ ਕਿ ਵੀ ਇਸ ਇੱਕ ਕਿਸਮ ਦਾ ਇਹ ਕਹ ਕੇ ਇਹ ਸਕੀਮ ਨੂੰ ਬੰਦ ਕੀਤਾ ਗਿਆ ਕਿ ਇਹ ਆਪਣਾ ਕੰਮ ਨਹੀਂ ਸੀ ਕਰ ਰਹੀ ਤੇ ਉਸ ਚੀਜ਼ ਨੂੰ ਲੈ ਕੇ ਕਿਉਂਕਿ ਸਭ ਦੀ ਇੱਕ ਸੋਲੀਸ਼ਨਲ ਬੈਕਗ੍ਰਾਉਂਡ ਹੈ ਬੜੇ ਇਸ ਗੱਲੋਂ ਧੁਕੀ ਸੰ ਬੜਾ ਰੋਸ ਹੈ ਦਨ ਸਭ ਨੂੰ ਤੇ ਬੜਾ ਹੀ ਅਫਸੋਸ ਹੈ ਬਸ ਇਹੀ ਕਾਰਨ ਸੀ ਬਾਕੀ ਜੋ ਵੀ ਇਸ ਸਕੀਮ ਨੂੰ ਬੰਦ ਕਰਨ ਲਈ ਫਾਰਮੈਲਿਟੀਜ਼ ਹੈ ਕੰਨੀ ਹੁੰਦੀਆਂ ਸੀ ਅਸੀਂ ਸਭ ਸਾਦੇ ਮਿਲ ਕੇ ਪੂਰਾ ਇਹਨੂੰ ਕਰਦੇ ਪਏ ਸੀ ਮੁਗਤੀ ਗੱਲ ਇਹ ਹੈ ਕਿ ਸਭ ਨੇ ਸਭ ਨੇ ਸਾਡੇ ਜੀਓ ਜੀ ਨੇ ਇਹ ਹੀ ਜ਼ਾਹਿਰ ਕੀਤਾ ਆਪਣਾ ਵਿਊ ਜਾਰੀ ਕੀਤਾ ਕਿ بجائے ਸਾਡੇ ਕੰਮ ਦੀ ਸ਼ਲਾਘਾ ਕਰਨ ਦੇ ਜਾਂ ਸਾਡੇ ਕੰਮ 'ਚ ਕੋਈ ਕਮੀ ਪੇਸ਼ੀ ਰਹਿੰਦੀ ਸਾਨੂੰ ਦੱਸਦੇ ਅਸੀਂ ਸਿਰਫ ਸਰਕਾਰ ਦੀ ਸਹਾਇਤਾ ਹੀ ਕਰਦੇ ਸੀ ਇਹਦੀ ਕਮੀ ਪੇਸ਼ੀਆਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਆਪਣੇ ਜੀਓ ਜੀ ਆਪ ਦੇ ਥਰੂ ਤਾਂ ਕਿ ਕੰਮ 'ਚ ਸੁਧਾਰ ਲਿਆਂਦਾ ਜਾਵੇ ਬਾਕੀ ਜਿੱਦਾਂ ਸਰਕਾਰ ਦੀ ਆਪਣੀ ਪ੍ਰੈਰੋਗੇਟਿਵ ਹੈ ਜਾਰੀ ਨਹੀਂ ਰੱਖਣਾ ਚਾਹੁੰਦੀ ਉਹ ਉਹਨਾਂ ਨੇ ਨਹੀਂ ਜਾਰੀ ਰੱਖਿਆ ਇਹ ਚ ਕੋਈ ਗੱਲ ਨਹੀਂ ਆ ਬਸ ਸਿਰਫ ਇਹ ਹੀ ਸੀ ਕਿ ਇਹਨਾਂ ਨੂੰ ਅਫਸੋਰਸ ਇਸ ਚੀਜ਼ ਦਾ ਬਹੁਤ ਗਲਦਾ ਹੈ ਕਿ ਵੀ ਇਹਨਾਂ ਦੇ ਇਹ ਕਹਿ ਕੇ ਬੰਦ ਕੀਤੀ ਗਈ ਹੈ ਕਿ ਇਹ ਆਪਣਾ ਕੰਮ ਠੀਕ ਨਹੀਂ ਸੀ ਕਰ ਰਹੇ ਧੰਨਵਾਦ ਜੀ ਤੁਹਾਡੇ ਕਹਿਣ ਦਾ ਮਤਲਬ ਹੋਵੇ ਇਹ ਅਲੀਗੇਸ਼ਨ ਆ ਕੇ ਇਸ ਨੂੰ ਬੰਦ ਕਰਨਾ ਤੁਹਾਡੇ ਆਤਮ ਸਬੰਧ ਤੇ ਜ਼ੋਰ ਲੱਟ ਚੋਟ ਦੇਖੋ ਹੁਣ ਤੁਸੀਂ ਇਹਨੂੰ ਕੁਝ ਵੀ ਕਹਿ ਸਕਦੇ ਹੋ ਆਤਮ ਸਬੰਧ ਤੇ ਚੋਟ ਦਿਖਾਇਆ ਜਾਏ ਤਾਂ ਇਨਡਾਇਰੈਕਟਲੀ ਇਹ ਹੀ ਹੈ ਕਿਉਂਕਿ ਅਸੀਂ ਜਿਹੜੀ ਬੈ ਪਛੋਕਰ ਤੋਂ ਆਨੇ ਬੈਕਗ੍ਰਾਉਂਡ ਤੋਂ ਆਨੇ ਆ ਉਹਦੇ ਵੀ ਸਾਨੂੰ ਆਪਣੇ ਕੰਮ ਕਰਨ ਚ ਬੜਾ ਪ੍ਰਾਈਡ ਹੁੰਦਾ ਹੈ ਤੁਸੀਂ ਬੜੇ ਫਕਰ ਨਾਲ ਕੰਮ ਕਰਦੇ ਆ ਪਰ ਚਲੋ ਜਿੱਦਾਂ ਵੀ ਹੈ ਹੁਣ ਗਵਰਨਮੈਂਟ ਦੀ ਆਪਣੀ ਮਰਜ਼ੀ ਆ ਬਸ ਹਾਂ ਇਹ ਸੀ ਜਿਹੜਾ ਜੂੜ ਅਫਸ਼ੋਰਸ ਹੈ ਕਿ ਵੀ ਥੋੜਾ ਦਾ ਬਹੁਤ ਨਹੀਂ ਕਰਨਾ ਸਰ ਰੋਜ਼ ਪ੍ਰਗਟ ਕਰ ਰਹੇ ਹਾਂ ਹਾਂ ਜੀ ਰੋਜ਼ ਹੀ ਪ੍ਰਗਟ ਕਰ ਰਹੇ ਹਾਂ ਵਿਰੋਧ ਵਿਰੋਧ ਦਾ ਕੋਈ ਮਤਲਬ ਨਹੀਂ ਉਹ ਗਵਰਨਮੈਂਟ ਦੀ ਆਪਣੀ ਸਕੀਮ ਸੀ ਜੋ ਜਾਰੀ ਕਰਨਾ ਚਾਹੁੰਦੀ ਸੀ ਕਰਨਾ ਚਾਹੁੰਦੇ ਜਿੰਨੀ ਜਾਰੀ ਕਰਨੇ ਚਾਹੁੰਦੀ ਉਹ ਚ ਕੋਈ ਵਿਰੋਧ ਨਹੀਂ ਇਹਦੇ ਵਿੱਚ ਅੱਜ ਜਿਹੜੀ ਸਾਡੀ ਜੀਓਜੀ ਟੀਮ ਇੱਥੇ ਇਕੱਠੀ ਹੋਈ ਆ ਤੇ ਇੱਕ ਰੋਸ ਵਜੋਂ ਰੋਸ ਇਸ ਗੱਲ ਦਾ ਵੀ ਅਸੀਂ ਇੰਨੇ ਵਧੀਆ ਕੰਮ ਕਰਨ ਦੇ ਬਾਵਜੂਦ ਇਹ ਸਰਕਾਰ ਜਿਹੜੀ ਹੁਣ ਆਈ ਆ ਇਹ ਨਹੀਂ ਚਾਹੁੰਦੀ ਵੀ ਕਰਪਸ਼ਨ ਬੰਦ ਹੋਵੇ ਸਾਡਾ ਮੇਨ ਮੁੱਦਾ ਜਦੋਂ ਸਾਨੂੰ ਕੈਪਟਨ ਸਰਕਾਰ ਨੇ ਰੱਖਿਆ ਸੀ ਔਰ ਅਸੀਂ ਇਹਨਾਂ ਨੂੰ ਪ੍ਰੂਫ ਦੇ ਸਹਤ ਸਾਰੇ ਬੰਦੇ ਮਤਲਬ ਜਿੰਨੀ ਵੀ ਕਰਾਪਸ਼ਨ ਸੀ ਜੋ ਵੀ ਗਲਤ ਕੰਮ ਹੁੰਦਾ ਸੀ ਉਹਨਾਂ ਨੂੰ ਅਸੀਂ ਆਪਣੇ ਕੈਮਰੇ ਵਿੱਚ ਕੈਦ ਕਰਕੇ ਇਹਨਾਂ ਤੱਕ ਰਿਪੋਰਟ ਪਹੁੰਚਾਉਂਦੇ ਸੀਗੇ ਔਰ ਉਦੋਂ ਰਿਪੋਰਟ ਤੇ ਐਕਸ਼ਨ ਹੁੰਦਾ ਵੀ ਰਿਹਾ ਲੇਕਿਨ ਜਦੋਂ ਦੀ ਸਾਡੀ ਇਹ ਸਰਕਾਰ ਆਈ ਆ ਸਾਡੀਆਂ ਰਿਪੋਰਟਾਂ ਦੇ ਕੋਈ ਐਕਸ਼ਨ ਨਹੀਂ ਹੋਇਆ ਅਸੀਂ ਜੇ ਇਹ ਕੰਮ ਜਦੋਂ ਵੀ ਸਾਡੇ ਨਾਲ ਜਦੋਂ ਰੱਖਿਆ ਸੀਗਾ ਸਾਨੂੰ ਕੋਈ ਕਿਸੇ ਅਸੀਂ ਮਾਪ ਡੰਡ ਦੇ ਤਹਿਤ ਨਹੀਂ ਸੀ ਰੱਖੇ ਗਏ ਸਾਨੂੰ ਜੋ ਵੀ ਗਵਰਨਮੈਂਟ ਨੇ ਕਿਹਾ ਵੀ ਤੁਹਾਨੂੰ ਇੰਨਾ ਤੁਹਾਨੂੰ ਦੇਵਾਂਗੇ ਖਰਚਾ ਤੁਹਾਡਾ ਤੇਲ ਪਾਣੀ ਦਾ ਸਾਡਾ ਕੋਈ ਵੀ ਜੀਓਜੀ ਪੈਸੇ ਦੀ ਖਾਤਰ ਇਹ ਨੌਕਰੀ ਨਹੀਂ ਸੀ ਕਰ ਰਿਆ ਕਿਉਂਕਿ ਸਾਡਾ ਬੈਕਗ੍ਰਾਉਂਡ ਸੀਗਾ ਬੈਕਗ੍ਰਾਉਂਡ ਦੇ ਵਿੱਚ ਸਾਨੂੰ ਸੋ ਜੋ ਵੀ ਹੁਕਮਿੰਦਾ ਉਹਨੂੰ ਬੜੀ ਇਮਾਨਦਾਰੀ ਦੇ ਨਾਲ ਕਰਦੇ ਰਹੇ ਆ ਤੇ ਗਾਂ ਵੀ ਕਰਦੇ ਰਾਂਗੇ ਮਿੰਟਾ ਮੈਨੂੰ ਇਹ ਐ ਲੱਗਦਾ ਹੁਣ ਵੀ ਇਹ ਵੀ ਕਰਾਪਸ਼ਨ ਨੂੰ ਬੰਦ ਕਰਨਾ ਨਹੀਂ ਚਾਹੁੰਦੀਆਂ ਤੇ ਮੈਂ ਅਸੀਂ ਭਗਵੰਤ ਮਾਨ ਸੀਐਮ ਜੋ ਸਾਡੇ ਭਗਵੰਤ ਸਾਨ ਮਾਨ ਸਾਹਿਬ ਆ ਉਹਨਾਂ ਨੂੰ ਅਸੀਂ ਚੈਲੰਜ ਵੀ ਕਰਦੇ ਆ ਕਿ ਸਾਡੀਆਂ ਰਿਪੋਰਟਾਂ ਚੈੱਕ ਕਰੋ ਇੱਕ ਵਾਰੀ ਸਾਡੀਆਂ ਜਿਹੜੀਆਂ ਹੀ ਰਿਪੋਰਟਾਂ ਕਰਪਸ਼ਨ ਫੜਿਆ ਉਸ ਪੁਰਵ ਰਿਪੋਰਟਾਂ ਜਿੱਥੋਂ ਮਰਜ਼ੀ ਕਢਾ ਕੇ ਦੇਖ ਲਓ ਸਾਡੇ ਹੈਡ ਆਫਿਸ ਤੇ ਜਫ ਕਪੂਰਥਲਾ ਪਲੱਸ ਜਿਹੜਾ ਜਿਹੜੀ ਚੰਡੀਗੜ੍ਹ ਰਿਪੋਰਟ ਜਾਂਦੀ ਆ ਉਹ ਰਿਪੋਰਟਾਂ ਨੂੰ ਦੇਖ ਕੇ ਅਸੀਂ ਵਾਅਦੇ ਨਾ ਕਹਿੰਨੇ ਆ ਵੀ ਜਿਹੜਾ ਕਰਪਸ਼ਨ ਸੀ ਉਹ ਅਸੀਂ ਬੰਦ ਕਰਾਉਣ ਵਿੱਚ ਪੂਰਾ ਆਪਣਾ ਸਹਿਯੋਗ ਬੇਸ਼ੱਕ ਸਾਡੀ ਕਿਸੇ ਡਿਪੂ ਹੋਲਡਰ ਨਾਲ ਤੂੰ ਤੂੰ ਮੈਮੇ ਹੋਈ ਜਾਂ ਕਿਸੇ ਪਿੰਡ ਵਾਲੇ ਨਾਲ ਤੂੰ ਤੂੰ ਮੈਮੇ ਹੋਈ ਵੀ ਸਾਡੀਆਂ ਰੁਪਾ ਗਲਤ ਰਿਪੋਰਟਾਂ ਦਿੰਦੇ ਸੀ ਕਿਉਂ ਗਰਾਊਂਡ ਲੈਵਲ ਤੇ ਇਹ ਸਾਰੇ ਕੰਮ ਕੀਤੇ ਸੀਗੇ ਬੇ ਜਿਹੜਾ ਸਾਨੂੰ ਗਵਰਨਮੈਂਟ ਨੇ ਕੰਮ ਦਿੱਤਾ ਉਹਨੂੰ ਅਸੀਂ ਆਪਣੀ ਵਫਾਦਾਰੀ ਤਨ ਦੇਈ ਦੇ ਨਾਲ ਅਨੁਭਾਈਏ ਲੇਕਿਨ ਹੁਣ ਇਹ ਸਰਕਾਰ ਨਹੀਂ ਚਾਹੁੰਦੀ ਵੀ ਇਹ ਕਰਪਸ਼ਨ ਮਿਟੇ ਲੇਕਿਨ ਸਾਨੂੰ ਅਫਸੋਸ ਇਸ ਗੱਲ ਦਾ ਹੋਇਆ ਜਿਹੜਾ ਇਹਨਾਂ ਨੇ ਸਾਡੇ ਤੇ ਗਲਤ ਐਲੀਗੇਸ਼ਨ ਲਾ ਕੇ ਸਾਨੂੰ ਸਾਡੇ ਵਿਭਾਗ ਨੂੰ ਬੰਦ ਕਰਨ ਦੀ ਕਿ ਉਹਨਾਂ ਲੋਕਾਂ ਤੇ ਇਹ ਵੱਡਾ ਇਲਜ਼ਾਮ ਲਾ ਕੇ ਬਰਖਾਸਤ ਕਰਨਾ ਜਿਨ੍ਹਾਂ ਨੇ ਦੇਸ਼ ਦੀ ਏਡੀ ਵੱਡੀ ਨੌਕਰੀ ਦੇ ਵਿੱਚ ਆਪਣੇ ਨਾਮ ਸੀਨੇ ਤੇ ਮੈਡਲ ਐਵੇਂ ਨਹੀਂ ਲਾਏ ਇਹ ਗਵਰਨਮੈਂਟ ਨੂੰ ਪਹਿਲੇ ਸੋਚਣਾ ਚਾਹੀਦਾ ਸੀ ਗਵਰਨਮੈਂਟਾਂ ਬਣਦੀਆਂ ਆਈਆਂ ਤੇ ਬਣਦੀਆਂ ਰਹਿਣਗੀਆਂ ਵੀ ਲੇਕਿਨ ਕਿਸੇ ਤੇ ਇਹ ਝੂਠਾ ਐਲੀਗੇਸ਼ਨ ਲਾ ਕੇ ਉਸ ਨੂੰ ਬਰਖਾਸਤ ਕਰਨਾ ਬਹੁਤ ਮੰਦਭਾਗੀ ਘਟਨਾ ਹੈ ਅਸੀਂ ਮਾਨ ਸਾਹਿਬ ਦੇ ਅੱਗੇ ਵੀ ਅਪੀਲ ਕਰਦੇ ਹਾਂ ਕਿ ਅਗਰ ਇਹੋ ਜੀ ਕੋਈ ਗੱਲਬਾਤ ਸੀ ਤਾਂ ਤੁਸੀਂ ਸਾਰੇ ਜੀਓ ਜੀ ਦੇ ਨਾਲ ਮਿਲ ਬੈਠ ਕੇ ਇੱਕ ਮੀਟਿੰਗ ਬੁਲਾਉਂਦੇ ਜਿਹਦੇ ਵਿੱਚ ਤੁਸੀਂ ਆਪਣੀ ਪੱਖ ਦੀ ਗੱਲ ਕਰਦੇ ਤੇ ਅਸੀਂ ਆਪਣੇ ਪੱਖ ਦੀ ਗੱਲ ਤੁਹਾਡੇ ਸਾਹਮਣੇ ਰੱਖ ਕੇ ਇੱਕ ਦੂਸਰੇ ਦੇ ਜੋ ਸਾਹਮਣੇ ਕੋਈ ਗੱਲਬਾਤ ਆਉਂਦੀ ਸੀ ਤਾਂ ਉਸ ਨੂੰ ਦੂਰ ਕਰ ਸਕਦੇ ਸੀ ਪਰ ਇਹ ਜੋ ਇਲਜ਼ਾਮ ਹੈ ਇਹ ਸਰਾਸਰ ਅਸੀਂ ਤਾਂ ਕਹਾਂਗੇ ਜੀ ਨਿਰਾਧਾਰ ਹੈ ਅਸੀਂ ਇਸ ਦਾ ਨਿਖੇਦ ਕਰਦੇ ਹਾਂ ਤੇ ਅਪੀਲ ਕਰਦੇ ਹਾਂ ਕਿ ਇਹੋ ਜਿਹੇ ਸ਼ਬਦ ਜੋ ਹੈ ਉਹਨਾਂ ਨੂੰ ਵਾਪਸ ਲਿਆ ਜਾਵੇ ਤਾਂ ਜੋ ਜੀਓਜੀ ਸਟਾਪ ਹੈ ਉਹਨਾਂ ਦੀ ਵੀ ਸਮਾਜ ਦੇ ਵਿੱਚ ਆਪਣੀ ਇੱਕ ਪਛਾਣ ਹੈ ਉਹ ਵਰਕਰਾਂ ਰਹੇ ਧੰਨਵਾਦ ਜੀ